ਸਹੀ ਯਾਰ ਸੱਜਣ ਸੀ ਨਾ ਤੇ ਆਲੇ ਦੁਆਲੇ ਵਾਲੀ ਕਿਹੜੇ ਕਿਹੜੇ ਪਿੰਡ ਲੱਗਦੇ ਸੀਗੇ ਜਿਹਨਾਂ ਦੇ ਵਿੱਚ ਮੁਸਲਮਾਨਾਂ ਦੇ ਪਿੰਡ ਸੀ ਜਾਂ ਸਿੱਖਾਂ ਦੇ ਪਿੰਡ ਸੀ? ਉਹ ਕੀ ਕੋਈ ਨਾਮ ਨੂੰ ਯਾਦ ਆ? ਗਾਂਸਪੁਰ, ਸਲੇਮਪੁਰ, ਅੱਛਾ ਇਹ ਮੁਸਲਮਾਨਾਂ ਦਾ, ਨੂਰਪੁਰ, ਖੈਰੇ, ਤੇ ਬਲੀਪੁਰ, ਭੱਠਾ ਢੋਹਾ, ਅੱਛਾ ਰਾਮਪੇ, ਕੋਟਲੀ, ਫਿਰ ਇਧਰ ਸਿੱਖਾਂ ਦੇ ਪਿੰਡ ਆ ਜਾਂਦੇ ਸੀਗੇ ਚਾਕਾ, ਭੱਟੀਆਂ, ਈਸਿਆ, ਇਹ ਸਿੱਖਾਂ ਦੇ ਸੀ ਤਿੰਨ ਪਿੰਡ ਆ। ਬੰਦ ਕਰਤੇ ਬਾਈ ਜੀ